ਅਸਲਾਮੁਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜਿਤਵਾਰ ਦਾ ਅਤੇ ਇਸ ਟਾਈਮ ਫਹਰੇ ਸਿਆਲਕੋਟ, ਸਿਆਲਕੋਟ ਦੇ ਨਾਮਵਰ ਅਤੇ ਬ੍ਰੈਂਡ ਵਪਾਰੀ ਆਜ਼ਮ ਡੋਗਰ ਸਾਹਿਬ ਦੇ ਡੇਰੇ 'ਤੇ ਮੌਜੂਦ ਹਾਂ। ਅਤੇ ਮਾਸ਼ਾਅੱਲਾ ਜੀ, ਡੋਗਰ ਸਾਹਿਬ ਹਮੇਸ਼ਾ ਦੀ ਤਰ੍ਹਾਂ ਮਿਹਨਤ ਕਰਕੇ ਦੋਸਤਾਂ ਵਾਸਤੇ ਤਿੰਨ ਖੂਬਸੂਰਤ ਅਸਲੀ ਅਤੇ ਨਸਲੀ ਗਾਵਾਂ, ਇਸ ਤੋਂ ਇਲਾਵਾ ਇੱਕ ਵੱਛੀ ਅਤੇ ਦੋ ਖੂਬਸੂਰਤ ਕੁਰਬਾਨੀ ਦੇ ਵੱਛੇ ਵੀ ਲੈ ਕੇ ਆਏ ਨੇ। ਕਮ ਅਜ਼ ਕਮ ਕੀਮਤ ਜੀ 1,65,000 ਸਾਰੇ ਜਾਨਵਰਾਂ ਦੀ ਤਸੱਲੀ ਕਰਵਾਉਣੀ ਹੈ ਅਤੇ ਇਹਨਾਂ ਦਾ ਜਿਹੜਾ ਰੇਟ ਹੈ, ਕੀਮਤ ਹੈ, ਉਹ ਵੀ ਮਲੂਮ ਕਰਨੇ ਡੋਗਰ ਸਾਹਿਬ ਆਓ ਜੀ ਸਾਹਮਣੇ। ਜੀ ਅਸਲਾਮੁਅਲੈਕੁਮ। ਵਾਲੇਕੁਮ ਸਲਾਮ ਫਰਾਜ਼ ਭਾਈ, ਕੀ ਹਾਲ ਠੀਕ ਠਾਕ ਹੋ? ਜੀ ਡੋਗਰ ਸਾਹਿਬ, ਅੱਲਾਹ ਪਾਕ ਦਾ ਬੜਾ ਸ਼ੁਕਰ ਹੋ, ਦੀ ਜ਼ਾਤ ਦਾ ਬੜਾ ਕਰਮ ਹੈ। ਤੁਸੀਂ ਸੁਣਾਓ, ਠੀਕ ਹੋ? ਸਭ ਹੈਰੀਅਤ ਤੇ ਬੜਾ ਹੀ ਅੱਲਾਹ ਸੁਣਾ ਦਾ ਆਸਾਨ, ਤੁਹਾਡੀਆਂ ਦੁਆਵਾਂ ਨੇ ਬੜਾ ਹੀ ਮਾਲਕ ਦਾ ਕਰਮ ਹੈ। ਤੁਸੀਂ ਸੁਣਾਓ, ਹੱਥਾਂ ਦੀ ਖੈਰ ਕਰੀਏ? ਜੀ ਡੋਗਰ ਸਾਹਿਬ, ਉਹਦੀ ਜ਼ਾਤ ਦਾ ਬੜਾ ਕਰਮ ਭਾਈ, ਤੁਸੀਂ ਠੀਕ ਠਾਕ ਹੋ? ਜੀ ਡੋਗਰ ਸਾਹਿਬ, ਅੱਲਾਹ ਦਾ ਸ਼ੁਕਰ। ਤਈਆ ਬਾਜ ਢਿੱਲਾ ਮੱਠਾ ਪਿਆ, ਪੁੱਛੋ ਕੀ ਵਜ੍ਹਾ ਬਣੀ? ਗਰਮੀ ਭਰੀ ਡੋਗਰ ਸਾਹਿਬ, ਗਰਮੀ ਥੋੜੀ ਹੈ ਫਰਾਜ਼ ਸਾਹਿਬ। ਅਸਲ ਜੇ ਵਿੰਡ ਜ਼ਰਾ ਥੋੜਾ ਮੋਟਾ ਹੈ, ਫਿਰ ਗਰਮੀ ਜ਼ਿਆਦਾ ਮਹਿਸੂਸ ਹੁੰਦੀ। ਇਸ ਤਰ੍ਹਾਂ ਹੀ ਗੱਲ ਹੈ। ਹੋਰ ਸੁਣਾਓ, ਹੱਥਾਂ ਦੀ ਖੈਰ? ਜੀ ਉਹਦੀ ਜ਼ਾਤ ਦਾ ਬੜਾ ਕਰਮ ਹੈ। ਸਿਲਸਿਲਾਵਾਰ ਵੀਡੀਓ ਦੋਸਤ ਆ ਰਹੇ ਜੀ, ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ, ਸ਼ੌਕ ਅੱਛਾ ਕਰਵਾਉਂਦੇ ਹੋ ਦੋਸਤਾਂ ਨੂੰ, ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਫਰਾਜ਼ ਸਾਹਿਬ, ਜ਼ਿਲ੍ਹਾ ਸਿਆਲਕੋਟ, ਤਹਿਸੀਲ ਡਸਕਾ, ਗਾਓ ਪੀਰੋ ਚੱਕ, ਦੂਸਰੇ ਨੰਬਰ 'ਤੇ ਨੰਬਰ ਫੇਸਬੁੱਕ 'ਤੇ ਚੱਲਦਾ ਪਿਆ, ਵਟਸਐਪ ਵੀ ਇਹਦੇ 'ਤੇ ਬਣਿਆ, ਯੂਟਿਊਬ 'ਤੇ ਵੀ ਚੱਲਦਾ ਪਿਆ, ਯੂਟਿਊਬ 'ਤੇ ਵੀ ਚੱਲਦਾ, ਵਟਸਐਪ ਵੀ ਇਹਦੇ 'ਤੇ ਬਣਿਆ। ਮਾਲ ਬਹਾਨੇ ਆ, ਫੈਸਲੇ ਭਰਾਵਾਂ ਨੇ ਆਪ ਹੀ ਕਰ ਲੈਣੇ ਨੇ, ਇਹਨਾਂ ਦੀ ਸਪੋਰਟ ਸਾਡੇ ਨਾਲ ਹੈ। ਪਹਿਲਾਂ ਹੀ ਤਾਂ ਅਸੀਂ ਬਹਾਦਰ ਆ, ਅਗਰ ਅਸੀਂ ਇਹਨਾਂ ਨੇ ਅੱਛਾ ਸਲੂਕ ਨਾ ਕਰਾਂਗੇ ਤਾਂ ਫਿਰ ਬੇਸ਼ੱਕ ਚੁੱਪ ਕਰਕੇ ਬੈਠ ਗਈ, ਕਈ ਨਹੀਂ ਮਾਲ ਵੇਖਦਾ। ਗਾਈਆਂ ਤੁਹਾਡੇ ਅੱਗੇ ਜਿਹੜੀਆਂ ਤਿੰਨ ਹੁਣ ਲਾਹੌਰ ਗਈਆਂ ਨੇ, ਉਹ ਵੀ ਤੁਹਾਨੂੰ ਪਤਾ। ਮਾਸ਼ਾਅੱਲਾ, ਤਿੰਨ ਸੇਲ ਹੋ ਗਈਆਂ? ਹਾਂਜੀ, ਤਿੰਨਾਂ ਦਾ ਸ਼ੁਕਰ ਮੰਨੇ। ਚਲੋ ਚੈੱਕ ਕਰਾਉਂਦੇ, ਕਰੀ ਸ਼ੁਰੂ? ਠੀਕ ਹੈ, ਆਓ ਜੀ ਭਾਈ, ਬੱਗੂ ਸਾਹਿਬ ਲਿਆਓ। ਮਾਸ਼ਾਅੱਲਾ ਜੀ, ਜਾਨਵਰ ਤਿੰਨ, ਗਾਵਾਂ ਦੋ, ਮਾਸ਼ਾਅੱਲਾ ਜੀ, ਕੁਰਬਾਨੀ ਦੇ ਬੱਚੇ ਵੀ ਹੈ ਨੇ, ਇੱਕ ਬੱਚੀ ਵੀ ਹੈ। ਲਿਆਓ ਭਾਈ ਜਾਨ, ਵਿਆਹ ਨੰਬਰ ਇੱਕ ਲਿਆਓ। ਮਾਸ਼ਾਅੱਲਾ ਜੀ, ਨੰਬਰ ਆ ਗਈ ਇੱਕ, ਤੇ ਜਰਸੀ ਨਸਲ ਦਾ ਬ੍ਰਾਂਡ ਹੈ, ਜਿਸਮ ਦੋਸਤਾਂ ਵੇਖਣੀ ਹੈ। ਮਾਸ਼ਾਅੱਲਾ ਜੀ, ਲਿਬਾਸ ਵੀ ਚੰਗਾ ਕੀਤਾ ਡੋਗਰ ਸਾਹਿਬ, ਹੈਵੀ ਪਹਿਲਾਂ ਨੇ ਜੀ। ਰਾਜ ਸਾਹਿਬ ਵੇਖੋ, ਸਰਦੀ ਦੇ ਵਿੱਚ ਤੇ ਸਾਰੇ ਦੋਸਤ ਕਹਿੰਦੇ ਨੇ ਗਰਮੀਆਂ 'ਚ ਗਰਮੀ ਕਰੇਗੀ, ਤੇ ਮੈਂ ਜ਼ਿੰਮੇਦਾਰ ਹਾਂ ਜੀ ਜੀ। ਤਿੰਨ ਗਾਈਆਂ ਵੀਡੀਓ 'ਚ ਪਾਉਣ ਲੱਗਿਆ, ਤਿੰਨਾਂ ਗਾਈਆਂ ਦੇ ਵਿੱਚੋਂ ਇੱਕ ਗਾਈ ਵੀ ਜਾ ਕੇ ਗਰਮੀ ਕਰੇ ਤੇ ਉਹ ਗਾਈ ਦੇ ਨਾਲ ਇੱਕ ਗਾਈ ਹੋਰ ਫ੍ਰੀ ਦੇਵਾਂਗਾ ਜੀ। ਜ਼ਿੰਦਾਬਾਦ, ਬਿਹਤਰ ਹੋ ਗਿਆ, ਯਾਨੀ ਕਿ ਗਰਮੀਆਂ ਦੇ ਤੋਹਫੇ ਨੇ, ਗਰਮੀ ਇਨਸ਼ਾਅੱਲਾ ਨਹੀਂ ਕਰਨ ਦੀ ਆ। ਵੈਡ ਨੰਬਰ 1 ਆ ਗਈ ਹੈ, ਇਹ ਵੀ ਮੋਨੀ ਹੈ, ਚਿਹਰਾ ਵੀ ਦੋਸਤਾਂ ਵੇਖ ਲੈਣਾ। ਮਾਸ਼ਾਅੱਲਾ ਜੀ, ਸਿਆਲਕੋਟ ਦੀ ਜੂਦੀਆਂ ਨੇ, ਜਰਸੀ ਦੇ ਵਿੱਚ ਚੁੱਲਸਤਾਨੀ ਕਰਾਸ ਹੈ। ਸੁਬਾ ਪਹਿਲਾਂ ਸੂਈ ਹੈ ਡੋਗਰ ਸਾਹਿਬ ਤੇ, ਕਿਦਾਂ ਦੀ ਸੂਈ ਹੈ ਜੀ? ਸੁਬਾ ਸੂਈ ਹੈ ਇਹਨੂੰ, ਕੋ 12-13 ਦੇ ਰੋਏ, 12-13 ਭਾਈ, ਇਹਨਾਂ ਮੀਲ ਮੀਟ ਹੋ ਰਿਹਾ ਛਾਵੇਂ। ਦੁੱਧ ਕਿੰਨਾ ਕੇ ਡੋਗਰ ਸਾਹਿਬ ਦੇ ਕੋਲ? ਦੁੱਧ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 13-14 ਕਿਲੋ। ਮਾਸ਼ਾਅੱਲਾ ਜੀ, ਸੁਬਾ ਪਹਿਲਾਂ ਸੂਈ ਹੈ, ਕਿੰਨੇ ਦਾਂਦੇ ਡੋਗਰ ਸਾਹਿਬ ਹੈ? ਛਿੱਗੀ ਚੋਗੀ ਤੋਂ ਛਿੱਗੀ ਹੁੰਦੀ ਵੀ ਬਾਈ, ਯਾਦ ਲਿਆਓ ਜੀ, ਜਰਸੀ ਤੇ ਚੋਲਸਤਾਨੀ ਕਰਾਸ। ਸਕੂਨ ਨਾਲ ਬਾਈ, ਜਰਾ ਈਜ਼ੀ ਹੋ ਗਿਆ, ਵੀਡੀਓ ਸੋਹਣੀ ਜੀ ਬਣਵਾਓ। ਇਹ ਪਿੱਛੇ ਦੇ ਬੱਚਾ ਜੀ, ਜਾ ਵੀ ਦੋਸਤਾਂ ਵੇਖ ਲੈਣਾ, ਦੁੱਧ 14 ਕਿਲੋ। ਕਰਾਓ ਬਾਈ, ਤਸੱਲੀ ਕਰਵਾ ਲਵੋ ਜੀ। ਤੇ ਹਾਂਜੀ, ਠੀਕ ਹੈ, ਆ ਹੀ ਸਭ ਮੱਝ ਜਿੰਨਾ ਕਿ ਫੈਟ ਵਾਲਾ ਦੁੱਧ ਗਾੜਾ, ਦੁੱਧ ਰੰਗ ਵੀ ਬਾਈ ਚੈੱਕ ਕਰਵਾਇਓ, ਇਹ ਚੈੱਕ ਕਰੋ। ਮਾਸ਼ਾਅੱਲਾ ਜੀ, ਇਹ ਵੀ ਸਫੇਦ ਹੈ, ਬਿਹਤਰ ਹੋ ਗਿਆ, ਜਰਸੀ ਨਸਲ ਦਾ ਦੁੱਧ ਦੀ ਮਾਈ ਤਰ੍ਹਾਂ ਹੁੰਦਾ। ਮਾਸ਼ਾਅੱਲਾ ਜੀ ਬਾਈ, ਆਪੀ ਜ਼ਰਾ ਪਰ ਲਿਆ ਥੋਇਓ, ਤੁਹਾਨੂੰ ਵੀ ਦੋਸਤਾਂ ਚੈੱਕ ਕਰਵਾਉਂਦੇ, ਇਹ ਮਾਸ਼ਾਅੱਲਾ ਜੀ, ਤੁਹਾਨੂੰ ਵੀ ਦੋਸਤਾਂ ਵੇਖ ਲੈਣੇ ਨੇ, ਲੈ ਚਲੋ ਬਾਈ ਜਾਨ, ਬਨੋ ਬਾਈ ਜਾਨ ਜੀ। ਡੋਗਰ ਸਾਹਿਬ, ਕੀ ਰੇਟ ਹੈ ਜੀ ਵੈਡ ਨੰਬਰ 1 ਦਾ? ਸੋਹਣਾ ਜਿਹਾ ਸਾਹਿਬ, ਰੇਟ ਫਾਈਨਲ ਲਾਣੇ ਨੇ, ਵੈਡੀਆਂ ਦੇ 1 ਰੁਪਏ ਦੀ ਕਮੀ ਪਈ ਦੀ ਆ, ਲੈਣੇ ਲਾਣੇ। ਠੀਕ ਹੈ ਦੋਸਤ, ਕਹੇ ਨਾ
ਵੈੜੀ ਦੇ ਵਿੱਚ ਕਿਸੇ ਕਿਸਮ ਦਾ ਕੋਈ ਸ਼ੱਕ ਹੋਏ ਤੇ ਅਸੀਂ ਜ਼ਿੰਮੇਦਾਰ ਹਾਂ। ਇੱਥੇ ਕਿਸੇ ਭਰਾ ਦੋਸਤ ਨੇ ਚੋ ਕੇ ਖੜੇ, ਅੱਜ ਤੂੰ ਆਰਗੁਦਾਰੀ ਲਾ ਹੜੋ, ਦੋ ਟਾਈਮ ਚੋ ਕੇ ਖੜੇ ਤੇ ਚੋ ਕੇ ਵੀ ਲਾਈਏ। ਠੀਕ ਹੈ ਸਾਹਿਬ, ਫਾਈਨਲ 370,000 ਰੁਪਏ ਦੀ ਵੈੜੀ, 370,000 ਜੀ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ। ਨੰਬਰ 1 ਤੇ ਚੈੱਕ ਕਰਾਈਏ, ਪਹਿਲਾਂ ਵੈੜ ਕੀਮਤ ਡਿਮਾਂਡ 370। ਅੱਗੇ ਭਾਈ ਲਿਆਓ ਜੀ ਨੰਬਰ 2 ਵਾਲੀ, ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਆ ਗਈ ਹੈ ਬਲੈਕ ਪ੍ਰਿੰਟ, ਪ੍ਰਿੰਟ ਦੀ ਸ਼ਾਈਨਿੰਗ ਚਮਕ ਦੋਸਤ, 40-42 ਕਿਲੋ ਦੁੱਧ ਪਹਿਲਾਂ ਵਛੀਆਂ, ਇਹ ਵੀ ਪਹਿਲਾਂ ਮਰਵਾ ਕੇ ਪਹਿਲਾਂ ਵਛੀਆਂ, ਅੱਜ ਤਿੰਨੇ ਪਹਿਲਾਂ ਨੇ ਭਾਈ। ਇਹ ਲੰਮੀ ਢੋਰੇ ਜ਼ਰਾ ਕਿਦਾਂ ਦੀ ਸੁਈ ਡਾਕਟਰ ਸਾਹਿਬ, ਇਹਨੂੰ ਵੀ ਕੁਆਰ 10 ਦਿਨ ਹੋ ਗਏ ਜੇ 20 ਕਿਲੋ ਤੋਂ ਉੱਤੇ ਵੇ ਵਛੀ ਦੇ ਕੋਲ ਆ, 8 ਤੋਂ 10 ਦਿਨ ਹੋ ਗਏ ਨੇ ਸੁਬਾ ਪਹਿਲਾਂ ਸੁਈ ਹੈ, ਪਹਿਲਵਾਨ ਪਹਿਲਾਂ ਨੇ ਕਾਦਾ ਵਰ ਮਾਸ਼ਾਅੱਲਾ ਜੀ ਬਲੈਕ ਪ੍ਰਿੰਟ ਕਾਲੇ ਥਲ ਲੱਗੇ ਨੇ, ਪ੍ਰਿੰਟ ਦੀ ਸ਼ਾਈਨਿੰਗ ਚਮਕ ਦੋਸਤਾਂ ਵੇਖਣੀ ਮਾਸ਼ਾਅੱਲਾ ਜੀ। ਤੇ ਦੁੱਧ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 20 ਕਿਲੋ, 20 ਤੋਂ 22 ਕਿਲੋ ਲਿਆਓ ਭਾਈ ਜਾ ਦਿਨੇ ਮਾਸ਼ਾਅੱਲਾ ਜੀ। ਥਾਣਾ ਦੀ ਵੰਡ ਵੀ ਦੋਸਤਾਂ ਵੇਖ ਲੈਣੀ ਹੈ, ਜ਼ਬਰਦਸਤ ਚੀਜ਼ ਹੈ ਮਾਸ਼ਾਅੱਲਾ ਜੀ। ਪਹਿਲਨ ਵੈੜ ਹੈ, ਕਿੰਨੇ ਦੰਦ ਦੇ ਡੋਗਰ ਸਾਹਿਬ ਹੈ, ਇਹ ਚੌਗੀ ਹੈ ਭਰਾ ਸਾਹਿਬ, 4 ਦੰਦ ਪਿੱਛੇ ਬੱਚੀ, ਇਹ ਪਿੱਛੇ ਦੇ ਬੱਚੀ ਮਾਸ਼ਾਅੱਲਾ ਜੀ, ਕਰਮਾਲੀ ਹੈ ਵੀ ਦੋਨੇ ਬੱਚੀ ਵੀ ਦੋਸਤਾਂ ਵੇਖਣੀ, ਦੇਸੀ ਵੀ ਨਹੀਂ ਵੇਖਦਾ। ਠੀਕ ਹੈ ਜੀ, ਵੈੜ ਦਾ ਚਿਹਰਾ ਵੀ ਦੋਸਤਾਂ ਵੇਖਣਾ, ਮੱਥੇ 'ਚ ਬੈਂਡ ਵੀ ਹੈ, ਵੇ ਫਰੀਜ਼ੀਅਨ ਤੇ ਚੌਲਸਤਾਨੀ ਕਰਾਸ, ਫਰੀਜ਼ੀਅਨ ਤੇ ਚੌਲਸਤਾਨੀ ਕਰਾਸ। ਹਲ ਗੱਲ ਭਾਈ, ਟੋਲ ਕੇ ਲਿਆਇਓ, ਤਸੱਲੀ ਫੇਰ ਕਰਵਾਇਓ, ਦੁੱਧ 20 ਕਿਲੋ ਦੀ ਗਰੰਟੀ, 4 ਦੰਦ ਹੈ, ਫਰੀਜ਼ੀਅਨ ਤੇ ਚੌਲਸਤਾਨੀ ਕਰਾਸ। ਇਹ ਪਿੱਛੇ ਦੇ ਬੱਚੀ ਹੈ, ਆਪੀ ਵੀ ਬੱਚੀ, ਪਿੱਛੇ ਵੀ ਬੱਚੀ ਮਾਸ਼ਾਅੱਲਾ ਜੀ। ਦੋ ਵੈੜੀਆਂ ਕੱਟੀਆਂ ਮਾਨੇ ਇੱਧਰ ਵੇਖੋ ਜੀ ਜੀ, ਵੈੜੀਆਂ ਮੇਲੀਆਂ ਦੇ ਕੋਲ ਹੁਣ ਦੋਵਾਂ ਦੇ ਡੱਬਾ ਮਰਵਾ ਕੇ 40 ਤੋਂ 42 ਕਿਲੋ ਦੁੱਧ ਚਵਾ ਕੇ ਇਸ ਗਰਮੀ ਦੇ ਵਿੱਚ ਵੈੜੀਆਂ ਦਾ, ਨੰਬਰ 2 ਤੇ ਨੰਬਰ 3 ਵਾਲੀ ਕੋਲ ਗਰਮੀ ਦੇ ਵਿੱਚ ਵੀ, ਅਗਰ ਵੈੜੀਆਂ ਗਰਮੀ ਕਰਨ ਤੇ ਵੈੜੀਆਂ ਦੀ ਜਗ੍ਹਾ ਦੀਆਂ 2 ਦੇਣੇ ਆ, 3 ਹੋਰ ਦੇ ਦਿਆਂਗਾ ਜੀ। ਜ਼ਬਰਦਸਤ ਹੋ ਗਿਆ ਟੋਰਾ ਭਾਈ ਜਾਨ, ਤੁਸੀਂ ਉਹਦਾ ਵੀ ਸ਼ੋਅ ਕਰਵਾਉਣੇ ਆ, ਸੋਹਣੇ ਕਾਲੇ ਮੁੱਠੀ ਥਣ ਲੱਗੇ ਨੇ, ਇੰਜ ਜਿਵੇਂ ਪੀੜੀ ਦਾ ਪਾਵੇ ਹੋਣ, ਲਿਬਾਸ ਵੀ ਚੰਗਾ ਕੀਤਾ। ਨੰਬਰ 2 ਤੇ ਚੈੱਕ ਕਰਵਾਈਏ, ਰੇਟ ਦੋਆਂ ਦਾ ਇਕੱਠੇ ਜਾਣਾ ਫਿਰ। ਹਾਂਜੀ ਫਾਇਦ ਸਾਹਿਬ, ਦੂਸਰੀ ਵੈਰੀ ਲਿਓ, ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 ਤੇ ਆ ਵੀ ਪਹਿਲਨ ਬ੍ਰਾਂਡ, ਬਰੀਕ ਪਸ਼ਮ, ਪ੍ਰਿੰਟ ਦੀ ਸ਼ਾਈਨਿੰਗ ਵੇਖਣੀ ਹੈ, ਬਲੈਕ ਹੀ ਪ੍ਰਿੰਟ ਹੈ, ਖਲਾਨੀਆਂ ਵਿੱਥਾਂ ਵੇਖੋ, ਖਲਾਰੇ ਭਾਈ ਜਾਨ, ਲਿਬਾਸ ਵੀ ਚੰਗਾ ਕੀਤਾ, ਪੂਰਾ ਮਦਾਨ ਲਾਇਆ, ਸੂਆ ਪਹਿਲਾਂ ਸੂਈ ਹੈ, ਕਿਦਾਂ ਦੀ ਸੂਈ ਹੈ ਡੋਗਰ ਸਾਹਿਬ, ਇਹਨੂੰ ਫਰਾਸ ਸਾਹਿਬ ਹੋ ਗਏ ਨੇ 6-7 ਦਿਨ ਭਾਈ, ਖਲਾਰੇ ਉੱਥੇ ਖਲਾਰੇ, ਵੈੜ ਬਾਅਦ ਚੈੱਕ ਕਰਵਾਉਣੇ ਡੋਗਰ ਸਾਹਿਬ ਵੀ, ਜ਼ਰਾ ਵਾਜ਼ਿਆ ਕਰਿਓ, ਕੁਰਲੀ ਜੀ ਦੋਨੀ ਵਿੱਚੀ ਹੈ, ਦੋਨੀ ਕੱਦ ਵੇਖੋ ਵਿੱਚੀ ਦਾ, ਉਹ ਵੀ ਚੈੱਕ ਕਰਵਾਉਣੇ ਆ ਵੀ, ਜ਼ਰਾ ਦੋਸਤਾਂ ਨੂੰ ਦੱਸਿਓ ਇਹ ਕੀ ਚੀਜ਼ ਖਵਾਉਂਦੇ ਹੋ ਪਿਆ ਆਪਣੇ ਜਾਨਵਰਾਂ ਨੂੰ। ਇਹ ਫਰਾਸ ਸਾਹਿਬ ਮੈਂ ਆਪਣੇ ਮਾਲ ਨੂੰ ਪਾਣਾ, ਵੇਖੋ ਥੱਲੇ ਕਰਾਚੀ ਵੰਡਾ, ਅੱਛਾ ਤੂੜੀ ਪਾਈ ਹੈ, ਤੂੜੀ ਦੇ ਉੱਤੇ ਕਰਾਚੀ ਵੰਡਾ ਪਾਇਆ, ਠੀਕ ਹੈ, ਉਸ ਤੋਂ ਬਾਅਦ ਚੋਖਰ ਦੇ ਵਿੱਚ ਸਰੋਂ ਦਾ ਤੇਲ ਲਾਇਆ, ਮਿੱਠਾ ਸੋਡਾ ਉੱਤੇ ਸੁੱਟਿਆ, ਫੀ ਰੰਗਰ ਦਾ ਇੱਕ ਸਟਾਕੀ ਰੋਜ਼ਾਨਾ ਇਹੀ ਪਾਣਾ ਮਾਲ ਨੂੰ, ਜ਼ਿੰਦਾਬਾਦ। 4 ਕਿਲੋ ਕਰਾਚੀ ਵੰਡਾ ਇਸ ਟਾਈਮ ਪਾਣੇ ਆ, 2-2 ਕਿਲੋ ਸੁਬਾ ਪਾਣੇ ਆ, 6 ਕਿਲੋ ਜਾਨਵਰ ਨੂੰ ਪਾਣੇ, ਇਹ ਦੁੱਧ ਦੇਣ ਵਾਲੇ ਜਾਨਵਰ ਨੂੰ। ਹਾਂਜੀ ਫਰਾਸ ਸਾਹਿਬ, ਵਿੱਚ ਉਹ ਮਈਆਂ ਨੇ ਮੈਂ ਗਵਾਲ ਲਈ ਜਿਨ੍ਹਾਂ ਦੇ ਕੋਲ ਟਾਈਮ ਦਾ ਕਿਲੋ ਕਿਲੋ ਦੁੱਧ ਹੀ ਹੁਣ ਮਈਆਂ ਚੋਂਦੇ ਆ, ਮਈ ਕੋਈ ਵੀ 7 ਕਿਲੋ ਦਲੇ ਦੁੱਧ ਨਹੀਂ ਦੇਣ ਲੱਗਿਆ ਗਰਮੀ ਦੇ ਵਿੱਚ। ਮਾਸ਼ਾਅੱਲਾ ਜੀ, ਕਰਾਚੀ ਵੰਡੇ ਦੀ ਵਜ੍ਹਾ ਤੋਂ ਜ਼ਿਆਦਾ ਹੋਇਆ ਦੁੱਧ। ਹਾਂਜੀ ਮੈਂ ਇਹੀ ਪਾ ਰਿਹਾ ਵਾਂ, ਤੇ ਕੋ ਦੋਸਤ ਕਹਿੰਦੇ ਨੇ ਯਾਰ ਇੰਨੀ ਗਰਮੀ ਦੇ ਵਿੱਚ ਵੰਡਾ, ਇਹ ਤੁਹਾਡੇ ਸਾਹਮਣੇ ਕੁਦਰਤੀ ਵੇਖੋ ਮੁੰਡਿਆਂ ਨੇ ਵੰਡਾ ਪਾਇਆ ਤੇ ਸਾਰੇ ਮਾਲ ਨੂੰ ਇਹੀ ਪਾਉਂਦੇ ਆ। ਠੀਕ ਹੈ, ਆਹ ਸਾਹਮਣੇ ਜੀ ਸਾਰੀ ਖੁਰਲੀ 'ਚ ਆਈ ਹੈ, ਠੀਕ ਹੈ। ਲਾ ਰਿਹਾ ਡਾਕਟਰ ਸਾਹਿਬ, ਕਿੱਦਾਂ ਦੀ ਸੂਈ ਹੈ ਜੀ ਵੈੜ ਨੰਬਰ 3? ਰਾਜ ਸਾਹਿਬ ਇਹਨੂੰ ਕੋ 5-6 ਦਿਨ ਹੋ ਗਏ ਨੇ, ਇਹ ਵੈੜੀ ਦੇ ਕੋਲ ਵੀ 20 ਕਿਲੋ ਤੋਂ ਘੱਟ ਦੁੱਧ ਹੋਏ, ਵੈੜੀ ਫ੍ਰੀ ਦੇ ਦੇਵਾਂਗਾ। ਵੈੜੀਆਂ ਕੋ ਭਰਾ ਦੋਸਤ ਆ ਕੇ ਡੇਰੇ ਦੇ 2 ਦਿਨ ਚੋ ਕੇ ਖੜਨਾ ਚਾਹੇ, 2 ਟਾਈਮ ਚਵਾ ਕੇ 3 ਟਾਈਮ ਚਵਾ ਕੇ ਵੈੜੀਆਂ ਖਾਣਗੇ। ਕਿਹੇ ਦੋਸਤ ਭਾਈ ਨਾਲ ਸੌਦਾ ਹੋ ਜਾਂਦਾ ਭਾਈ, ਪਰਤਾ ਕੇ ਲਿਆਓ ਜੀ, 2-3 ਟਾਈਮ ਚੋ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾ ਸਕਦੇ ਨੇ। ਜਿੰਨੀ ਮਰਜ਼ੀ ਗਰਮੀ ਦੇ ਵਿੱਚ ਵੀ ਅਗਰ ਮੇਰੀਆਂ ਵੈੜੀਆਂ ਜਾਣ ਗਰਮੀ ਕਰਨ ਤੇ ਵੈੜੀਆਂ ਫਰਾਸ ਸਾਹਿਬ ਫ੍ਰੀ ਨੇ ਜੀ। ਜ਼ਬਰਦਸਤ ਹੋ ਗਿਆ, ਕਿੰਨੇ ਦੰਦ ਦੇ ਡੋਗਰ ਸਾਹਿਬ ਹੈ ਵੈੜ ਨੰਬਰ 3? 2 ਦੰਦ, ਸ਼ਾਨਦਾਰ ਕਾਦਾਵਰ, ਦੁੱਧ 20 ਕਿਲੋ ਹੈ ਵੀ ਪਹਿਲਾਂ ਨੇ, ਨੰਬਰ 3 ਦੀ ਚੈੱਕ ਕਰਵਾਈਏ ਮਾਸ਼ਾਅੱਲਾ ਜੀ। ਨਾਮੀ ਗ੍ਰਾਮੀ ਜੋੜਾ ਭਾਈ ਲਿਆਓ, ਜ਼ਰਾ ਇਕੱਠੀਆਂ ਕਰਕੇ ਲਿਆਓ ਜੀ, ਦੋਵਾਂ ਕੋਲ ਜਿਹੜਾ ਦੁੱਧ ਹੈ ਤਕਰੀਬਨ 20-20 ਕਿਲੋ ਵੇ ਦੋਵਾਂ ਦਾ, 42 ਕਿਲੋ ਦੁੱਧ ਵੈੜੀਆਂ ਦਾ ਫਰਾਸ ਸਾਹਿਬ ਇਹਦੇ ਚਵਾ ਕੇ ਵੈੜੀਆਂ ਫੇਰ ਦਵਾਂਗੇ। ਠੀਕ ਆ, ਪਹਿਲਾਂ ਵਛੀਆਂ ਆ ਜਿਹੜੀ ਨੰਬਰ 2 ਤੇ ਚੈੱਕ ਕਰਵਾਈਓ, ਕਿੰਨੇ ਦੰਦੇ ਜੀ? ਉਹ ਚੌਗੀ ਹੈ ਤੇ ਆ ਦੋਦੀ ਹੈ, ਜਿਹੜੀ ਨੰਬਰ 2 ਤੇ ਚੈੱਕ ਕਰਵਾਈਓ 4 ਦੰਦ ਹੈ, ਜਿਹੜੀ ਨੰਬਰ 3 ਤੇ ਚੈੱਕ ਕਰਵਾਈਓ ਦੋਦੀ ਹੈ ਮਾਸ਼ਾਅੱਲਾ ਜੀ।
20 ਕਿਲੋ ਦੁੱਧ ਦੋਵਾਂ ਕੋਲ ਟੋਟਲ ਯਾਨੀ ਕਿ 40 ਤੋਂ 42 ਕਿਲੋ ਗਰਮੀ ਚ ਕਹਿ ਕੇ ਨਹੀਂ ਦੁੱਧ ਚਵਾ ਕੇ ਵੈੜੀਆਂ ਇੱਥੇ ਦੇਵਾਂਗੇ ਜਿੰਦਾਬਾਦ ਭਾਈ ਬੰਦਾ ਪਾਈ ਕੋਈ ਨਾ ਤੇ ਕਹੇ ਮੈਂ ਵੈੜੀਆਂ ਦਿੰਦੀਆਂ ਕੋਈ ਨਹੀਂ ਸੇਵਾ ਨਾਲ ਹੀ ਮਾਲ ਚੋਇਆ ਬਿਲਕੁਲ ਜੀ ਨੰਬਰ 3 ਨਾਲ ਹੀ ਪਿੱਛੇ ਕੀ ਹੈ ਜੀ ਬੱਚਾ ਇਹ ਪਿੱਛੇ ਬੱਚਾ ਜੀ ਡੋਗਰ ਸਾਹਿਬ ਕੀ ਰੇਟ ਹੈ ਜੀ ਵੈੜ ਨੰਬਰ 2 ਤੇ ਵੈੜ ਨੰਬਰ 3 ਫਾਈਨਲ ਦੋਵੇਂ ਵੈੜੀਆਂ 10,35,000 ਰੁਪਏ ਦੇ ਦੇ 10 ਲੱਖ ਤੇ 35,000 ਤੇ ਅਗਰ ਕਿਸੇ ਨੇ ਇੱਕ ਇੱਕ ਲੈਣੀ ਹੋਏ ਜੀ ਬਿਹਤਰ ਹੋ ਗਿਆ ਬਾਈ ਲੈ ਚਲੋ ਜੀ ਅਗਰ ਕਿਸੇ ਦੋਸਤ ਭਾਈ ਨੇ ਇੱਕ ਇੱਕ ਖਰੀਦਣੀ ਹੈ ਡੋਗਰ ਸਾਹਿਬ ਦਾ ਨੰਬਰ ਸਕਰੀਨ ਤੇ ਆ ਰਿਹਾ ਦੋਸਤ ਕਾਲ ਕਰਕੇ ਰਾਬਤਾ ਕਰ ਸਕਦੇ ਨੇ ਬਈ ਬੱਚੀ ਲਿਆਓ ਜੀ ਜ਼ਰਾ ਆਹ ਮਾਸ਼ਾਅੱਲਾ ਜੀ ਬੱਚੀ ਆ ਗਈ ਹੈ ਜੀ ਖੀਰੀ ਬੱਚੀ ਬੱਚੀ ਐਂਡ ਤੇ ਜੀ ਬੱਚੇ ਲਿਆਓ ਦੋ ਬੱਚੇ ਨੇ ਮਾਸ਼ਾਅੱਲਾ ਜੀ ਬਾਈ ਲਿਆਓ ਜੀ ਬੱਚਾ ਨੰਬਰ 1 ਲਿਆਓ ਤੁਸੀਂ ਭਾਈ ਦੂਸਰਾ ਖੋਲ ਲਓ ਜੀ ਆਓ ਜੀ ਡੋਗਰ ਸਾਹਿਬ ਆਹ ਚੈੱਕ ਕਰੋ ਮਾਸ਼ਾਅੱਲਾ ਜੀ ਬੱਚਾ ਨੰਬਰ 1 ਆ ਗਿਆ ਬਰੀਕ ਪਸ਼ਮ ਹੈ ਪ੍ਰਿੰਟ ਦੀ ਸ਼ਾਈਨਿੰਗ ਚਮਕ ਵੀ ਦੋਸਤਾਂ ਵੇਖ ਲੈਣੀ ਜੀ ਸਾਈਵਾਲ ਕ੍ਰਾਸ ਵਿੱਚ ਜ਼ੂਮ ਨਹੀਂ ਕਰਨੇ ਜੋ ਬੱਚਿਆਂ ਦੇ ਕੱਦ ਹੈ ਨੇ ਉਹ ਕੱਦ ਮਾਣੇ ਨੇ ਸਾਡੇ ਕਿਹੜਾ ਬੱਚੇ ਦੇ ਕੱਦ ਹੀ ਹੋਵੇ ਮਾਸ਼ਾਅੱਲਾ ਜੀ ਇਹ ਤੇ ਹੁਸਨ ਰੈਂਡੀ ਹੈ ਜਿਹੜਾ ਭਾਈ ਸ਼ਫੀ ਨੇ ਫੜਿਆ ਕੀ ਹਾਲ ਹੈ ਸ਼ਫੀ ਸਾਹਿਬ ਸੋਨਾ ਲੱਗਿਆ ਕਿ ਨਹੀਂ ਖਿਲਾਰੇ ਭਾਈ ਜਾਨ ਇਹ ਮਾਸ਼ਾਅੱਲਾ ਜੀ ਸੇਮ ਇੱਕ ਹੀ ਕਲਰ ਚ ਭਾਈ ਛਾਵੇਂ ਲਿਆਇਆ ਜੀ ਦੋਵੇਂ ਦੋ ਦੋ ਦੰਦ ਨੇ ਜੀ ਫਰਾਜ਼ ਸਾਹਿਬ ਲੋਕੀ ਛਿੱਗੇ ਤਾਂ ਗਿਆ ਵੀ ਤਾਂ ਦੋਨਿਆਂ ਬੱਚਿਆਂ ਦਾ ਮੁੱਲ ਉਹ ਨਹੀਂ ਹੁੰਦੇ ਇਧਰ ਆਓ ਖਲਾਰੇ ਭਾਈ ਜਾਨ ਰੇਟ ਵੀ ਪਾਵਾਂਗਾ ਭਰਾ ਪਾ ਕੇ ਕਹਾਂਗੇ ਭਾਈ ਦੋਂਦਾ ਮਾਸ਼ਾਅੱਲਾ ਜੀ ਦੋਂਦੇ ਬੱਚੇ ਨੇ ਢੱਗੇ ਨਹੀਂ ਠੀਕ ਹੈ ਆ ਵੀ ਦੋ ਦੰਦੇ ਜੀ ਇਹਨੇ ਫਰਾਜ਼ ਸਾਹਿਬ ਸੁੱਟਿਆ ਨਹੀਂ ਜਾਂ ਸੇੜਾ ਪਾ ਗਿਆ ਸੁੱਟਿਆ ਨਹੀਂ ਜਾਈਏ ਠੀਕ ਹੈ ਉਮਰ ਪੂਰੀ ਸੁੱਟ ਜਾਏਗਾ ਬੱਚਾ ਦੰਦ ਸੁੱਟਣ ਤੇ ਠੀਕ ਹੈ ਯਾਨੀ ਕਿ ਹਲੇ ਦੋਂਦਾ ਹੋਇਆ ਨਹੀਂ ਲੇਕਿਨ ਲੱਗ ਜਾਏ ਦਾ ਤੋਰਾਂ ਭਾਈ ਜਾਨ ਮਾਸ਼ਾਅੱਲਾ ਜੀ ਨਾਲ ਦੇ ਪਿੰਨੇ ਉਮਰ ਪੂਰੀ ਜੇ ਬੱਚਾ ਉਮਰ ਆਦੀ ਪੂਰੀ ਮਾਸ਼ਾਅੱਲਾ ਜੀ ਪ੍ਰਿੰਟ ਜ਼ਬਰਦਸਤ ਹੈ ਹੁਸਨ ਵੇਖਣਾ ਵੇ ਨਸਲ ਕੀ ਡੋਗਰ ਸਾਹਿਬ ਬੰਨਾ ਦੀ ਭਾਈ ਪਰਤਾ ਕੇ ਲਿਆਓ ਜ਼ਰਾ ਸਭ ਸਾਈਵਾਲ ਨੇ ਬੱਚੇ ਸਾਈਵਾਲ ਬ੍ਰਾਂਡ ਲੈ ਭਾਈ ਪਰਤਾ ਕੇ ਮਾਸ਼ਾਅੱਲਾ ਜੀ ਪਰਤਾ ਦੋਵੇਂ ਬੱਚੇ ਕੱਲੇ ਕੱਲੇ ਵਿਖਾਓ ਇੱਕ ਇੱਕ ਭਾਈ ਤੋਰੇ ਜ਼ਰਾ ਆ ਮਾਸ਼ਾਅੱਲਾ ਜੀ ਇਹਦਾ ਹੁਸਨ ਵੇਖਣਾ ਚਿਹਰਾ ਵੀ ਚੈੱਕ ਕਰਵਾ ਦਿੰਨੇ ਆ ਬੰਨ ਵੀ ਦੋਸਤਾਂ ਵੇਖਣੀ ਹੈ ਝਾਲਰ ਵੀ ਚੈੱਕ ਕਰ ਲੈਣੀ ਹੈ ਨਫਾਸਤ ਬੜੀ ਹੈ ਖੂਬਸੂਰਤੀ ਬੱਚਾ ਮਾਸ਼ਾਅੱਲਾ ਜੀ ਬੱਚਾ ਨੰਬਰ 1 ਲਿਆਓ ਭਾਈ ਤੁਸੀਂ ਵੀ ਨੰਬਰ 2 ਵਾਲਾ ਇਹ ਆ ਗਿਆ ਮਾਸ਼ਾਅੱਲਾ ਜੀ ਨੰਬਰ 2 ਤੇ ਇਹ ਵੀ ਸਾਈਵਾਲ ਮਾਸ਼ਾਅੱਲਾ ਜੀ ਲੈ ਚਲੋ ਭਾਈ ਜਾਨ ਕੀ ਰੇਟ ਨੇ ਡੋਗਰ ਸਾਹਿਬ ਇਹਨਾਂ ਦੇ ਦੋ ਲੱਖ ਤੇ ਪਚਾਨਵੇਂ ਹਜ਼ਾਰ ਰੁਪਿਆ ਅੱਗੇ ਭਾਈ ਬੱਚੀ ਚੈੱਕ ਕਰਵਾਇਆ ਦੋਸਤਾਂ ਨੂੰ ਮਾਸ਼ਾਅੱਲਾ ਜੀ ਦੋ ਬੱਚੇ ਹਨ ਦੋਵਾਂ ਦੀ ਤਸੱਲੀ ਕਰਵਾ ਦਿੱਤੀ ਹੈ ਸਾਈਵਾਲ ਨਸਲ ਦੇ ਬੱਚੇ ਨੇ ਅੱਗੇ ਆਓ ਭਾਈ ਸ਼ਫੀ ਸਾਹਿਬ ਬੱਚੀ ਲਿਆਓ ਜੀ ਇਹ ਇੱਕ ਬੱਚੀ ਵੀ ਆਵੇ ਦੋਸਤਾਂ ਨੂੰ ਵੀ ਚੈੱਕ ਕਰਵਾਉਂਦੇ ਮਾਸ਼ਾਅੱਲਾ ਜੀ ਖੀਰੀ ਬੱਚੀ ਹੈ ਕ੍ਰਾਸ ਬਰੀਡ ਹੈ ਆਓ ਭਾਈ ਸ਼ਫੀ ਸਾਹਿਬ ਆਓ ਜੀ ਡੋਗਰ ਸਾਹਿਬ ਕਿੰਨੀ ਕੁ ਉਮਰ ਹੈ ਦੀ ਟੋਰੇ ਭਾਈ ਜਾਨ ਜ਼ਰਾ ਆਹ ਚੈੱਕ ਕਰੋ ਮਾਸ਼ਾਅੱਲਾ ਜੀ ਪ੍ਰਿੰਟ ਵੀ ਦੋਸਤਾਂ ਵੇਖ ਲੈਣੇ ਠੀਕ ਹੈ ਖੀਰੀ ਬੱਚੀ ਬਾਈ ਖਿਲਾ ਰਹੇ ਜੀ ਜਰਸੀ ਤੇ ਚੋਲਸਤਾਨੀ ਕਰਾਸ ਹੈ ਚਿਹਰਾ ਵੀ ਦੋਸਤਾਂ ਚੈੱਕ ਕਰਵਾ ਦਿੰਦੇ ਆ ਇਹ ਭਾਈ ਜ਼ਰਾ ਛਾਵੇਂ ਕਰਿਓ ਹੁਣ ਚੱਡੀ ਨੇ ਬਣਾਈ ਦੋਸਤਾਂ ਨੂੰ ਵੀ ਚੈੱਕ ਕਰਵਾਉਂਦੇ ਆ ਮਾਸ਼ਾਅੱਲਾ ਜੀ ਉੱਥੇ ਭਾਈ ਜ਼ਰਾ ਸਿੱਧੀ ਕਰਿਓ ਜਰਸੀ ਤੇ ਚੋਲਸਤਾਨੀ ਕਰਾਸ ਮਜ਼ਬੂਤ ਕਰਾਸ ਗਰਮੀਆਂ ਦਾ ਤੋਹਫਾ ਇਹ ਮਾਸ਼ਾਅੱਲਾ ਜੀ ਤੁਹਾਨੂੰ ਦੋਸਤਾਂ ਵੇਖ ਲੈਣੇ ਬਾਗੂ ਸਾਹਿਬ ਲਾਓ ਜ਼ਰਾ ਮੱਥਾ ਜੀ ਚਾਰ ਹੀ ਤੁਹਾਨੂੰ ਠੀਕ ਹੈ ਕੀ ਰੇਟ ਹੈ ਡੋਗਰ ਸਾਹਿਬ ਦਾ
ਫਾਈਨਲ ਤੇ ਪੱਕਾ ਰੇਟ ਹੋਏਗਾ 1,65,000 ਰੁਪਿਆ ਬੱਚੀ ਦਾ, 1,65,000 ਉਮਰ ਕਿੰਨੀ? ਫਾਈਨਲ ਰੇਟ ਹੋਣਾ, ਜਿਹੜੇ ਭਰਾ ਦੋਸਤ ਨੂੰ ਪਸੰਦ ਹੋਏ ਫੋਨ ਕਰ ਲਵੇ, ਇਹਦੇ ਰੇਟ 'ਚ ਫਰਕ ਕੋਈ ਨਹੀਂ। ਉਮਰ ਕਿੰਨੀ ਕੀ ਤਕਰੀਬਨ? ਕੋਈ ਕਿਸੇ ਨੂੰ ਗੱਲ ਸਾਡੀ ਮਾੜੀ ਲੱਗੇ ਉਹਦੇ ਨਾਲ ਮਾਜ਼ਰਤ ਕਰ ਲੈਂਦੇ ਹਾਂ। ਦਾਸ ਸਾਹਿਬ ਇਹਨਾਂ ਭਰਾਵਾਂ ਦੇ ਨਾਲ ਹੀ ਪਾਤਾ, ਇਹਨਾਂ ਦੀ ਸਪੋਰਟ ਤੇ ਫੇਰ ਹੀ ਕਾਮਯਾਬ ਜੀ। ਡਾਕਟਰ ਸਾਹਿਬ ਬਹੁਤ ਸ਼ੁਕਰੀਆ ਜੀ, ਇਜਾਜ਼ਤ ਚੰਨੇ ਆ, ਅੱਲਾਹ ਹਾਫਿਜ਼।